ਬੀਐਡ ਐਂਟਰੈਂਸ ਟੈਸਟ ਪਾਰਟ 1 ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੁਆਰਾ ਕੰਡਕਟ ਕੀਤਾ ਗਿਆ 30 ਜੁਲਾਈ 2023 ਦਾ ਪੇਪਰ। ਕੁਐਸਚਨ ਹੈ ਆਨਸਰ ਕੀ ਹੈ ਇਸ ਦੀ ਜੋ ਐਕਸਪੈਕਟਡ ਹੈ। ਐਕਸਪੈਕਟਡ ਇੱਥੇ ਘੱਟ ਵਰਡ ਯੂਜ਼ ਕੀਤਾ ਜਾ ਸਕਦਾ ਹੈ ਕਿਉਂਕਿ ਰੀਅਲ ਇੰਟਰਨੈਟ 'ਤੇ ਜੋ ਆਨਸਰ ਪਏ ਹੈ ਉਹ ਮੈਕਸੀਮਮ ਕੰਪੇਅਰ ਕੀਤੇ ਗਏ ਨੇ। ਸੋ ਇਹਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ। ਟੀਚਿੰਗ ਪੋਟੈਂਸ਼ੀਅਲ 'ਚ ਹੈ ਕਿ ਤੁਹਾਡੀ ਥਿੰਕਿੰਗ ਲੱਗਦੀ ਹੈ, ਤੁਸੀਂ ਪਰਸਪੈਕਟਿਵ ਹੈ, ਇੱਕ ਜਾਂ ਦੂਜਾ ਆਨਸਰ ਵਧੀਆ ਘਟੀਆ ਹੋ ਸਕਦਾ ਹੈ। ਉੱਥੇ ਸਬਜੈਕਟਿਵਿਟੀ ਦੇ ਚਾਂਸਿਸ ਵੀ ਹੈ, ਇੱਥੇ ਓਬਜੈਕਟਿਵਿਟੀ ਹੀ ਮੇਨਟੇਨ ਰਹਿੰਦੀ ਹੈ। ਵਟ ਵਾਜ਼ ਦਾ ਥੀਮ ਫੋਰ ਇੰਟਰਨੈਸ਼ਨਲ ਯੋਗਾ ਡੇ? ਮੈਂ ਲੌਂਗ ਟੇ ਐਕਸੈਸਿਵ ਲੌਂਗ ਟੇਲ ਜਦੋਂ ਹੈ ਉਹ ਰਾਈਟ ਆਨਸਰ ਹੀ ਹੁੰਦਾ ਹੈ, ਇਹ ਦੱਸਿਆ ਸੀ। ਸੋ ਰਾਈਟ ਆਨਸਰ ਹੈ ਫਸਟ ਏ ਵੈਰੀਫਾਈਡ। ਸੋ ਵੈਰੀਫਿਕੇਸ਼ਨ ਦੇ ਸਕਦੇ ਹੋ ਨੈੱਟ ਵਿੱਚ। ਯੋਗਾ 21 ਜੂਨ ਨੂੰ ਇਹ ਮੰਗਵਾਇਆ ਗਿਆ। ਯੋਗਾ ਫੋਰ ਵਸੁਧਾਇਵ ਕੁਟੁੰਬਕਮ, ਮਤਲਬ ਵਨ ਅਰਥ ਵਨ ਫੈਮਿਲੀ ਐਂਡ ਵਨ ਫਿਊਚਰ, ਇਸ ਤਰ੍ਹਾਂ ਕਰਕੇ ਹੈ। ਉਸ ਦੇ ਬੇਸ 'ਤੇ ਇਸਨੂੰ ਰਾਈਟ ਆਨਸਰ ਦਿੱਤਾ ਗਿਆ ਹੈ। ਦੂਸਰਾ, ਇੰਡੀਆ ਐਜ਼ਿਊਮ ਦ G20 ਪ੍ਰੈਜ਼ੀਡੈਂਸੀ ਔਨ 1st of December 22 ਟੇਕਿੰਗ ਓਵਰ ਫਰੋਮ ਵਿੱਚ ਕੰਟਰੀ? ਰਾਈਟ ਆਨਸਰ ਇਜ਼, ਇਹਦੇ ਲਈ ਇਸ ਟਾਈਮ ਲੱਗੇਗਾ ਕਿ ਸਰਕਲ ਕਰਨਾ ਹੈ। ਸੀ ਇਜ਼ ਰਾਈਟ ਆਨਸਰ, ਇੰਡੋਨੇਸ਼ੀਆ। ਨੈਕਸਟ ਹੈ ਸਵਯਮ ਪੋਰਟਲ ਫੈਸਿਲੀਟੇਟ ਹੋਸਟਿੰਗ ਆਫ ਮੂਕ ਕੋਰਸਿਸ ਫੋਰ ਵਿੱਚ ਆਫ ਦੀ ਫੋਲੋਇੰਗ? ਇਹ ਦੇਖੋ, ਜਦੋਂ ਟੀਚ ਕੀਤਾ ਸੀ ਉਦੋਂ ਵੀ ਮੈਂ ਕਿਹਾ ਸੀ ਸਵਯਮ ਆਏਗਾ ਅਤੇ ਇਹ ਵਾਈ ਨੂੰ ਯਾਦ ਰੱਖਣਾ। ਵਾਈ ਕੀ ਹੈ? ਯੂਥ। ਹੁਣ ਯੂਥ ਜਿਹੜੀ ਹੈ ਕਿ ਉਹ 5ਵੀਂ ਯੂਥ ਹੋ ਸਕਦੀ ਹੈ, 11ਵੀਂ ਯੂਥ ਹੋ ਸਕਦੀ ਹੈ ਮੰਨ ਲਿਆ ਹੈ, ਅਤੇ ਇਹ ਅੰਡਰ ਗ੍ਰੈਜੂਏਟ ਕਰ ਦਿੱਤਾ ਇਹਨਾਂ ਨੇ ਕਿਉਂਕਿ ਪੋਸਟ ਗ੍ਰੈਜੂਏਟ ਉੱਪਰ ਵਾਲੀ ਤਾਂ ਜਿਹੜੀ ਮਰਜ਼ੀ ਕਲਾਸ ਹੋਵੇ। ਸੋ ਇਹਦੇ ਬੇਸ 'ਤੇ ਰਿਜੈਕਟ ਹੋ ਗਿਆ, ਫੋਰ ਪੋਸਟ ਗ੍ਰੈਜ ਓਨਲੀ ਦੇ ਬੇਸ 'ਤੇ ਰਿਜੈਕਟ ਹੋ ਗਿਆ। ਸੋ ਕਿੰਨੇ ਚਾਰ ਮੈਥਡ ਨਾਲ ਇਹ ਆਡ ਮੈਨ ਆਊਟ ਨਾਲ, ਤੁਸੀਂ ਟੈਗ ਵਰਡ ਦੇ ਨਾਲ, ਔਰ ਜਿਹੜੀ ਹੈ ਵਾਈ ਦੇ ਇੰਡੀਕੇਸ਼ਨ ਦੇ ਨਾਲ ਫਰੋਮ ਕਲਾਸ 9th to 9th, ਕਿਉਂਕਿ 9ਵੀਂ ਤੋਂ ਯੂਥ 9 ਜਮ੍ਹਾਂ 6 ਕਿੰਨੇ ਹੋ ਗਏ, 15 ਸਾਲ ਦਾ ਬੱਚਾ ਜਿਹੜਾ ਹੈ ਉਹ ਸਵਯਮ ਤੋਂ ਲਰਨ ਕਰਨਾ। ਸੋ ਇਹ ਯੂਥ ਵਿੱਚ ਆਉਂਦੇ ਨੇ ਟੂ ਪੋਸਟ ਗ੍ਰੈਜੂਏਸ਼ਨ। ਰਾਈਟ ਆਨਸਰ ਇੱਥੇ ਡੀ ਹੈ, 9th to post graduation। ਇਹ ਆਪਾਂ ਕੀਤਾ ਵੀ ਹੋਇਆ ਹੈ। ਫਾਈਨਲ ਆਫ ਇੰਡੀਅਨ ਪ੍ਰੀਮੀਅਰ ਲੀਗ 2-0, ਸ਼ਾਇਦ ਕਿੰਨੀ ਵਾਰ ਕੀਤਾ ਹੈ, ਕੌਣ ਜਿੱਤਿਆ ਕੌਣ ਹਾਰਿਆ, ਪਿਛਲੀ ਵਾਰ ਕੌਣ ਜਿੱਤਿਆ ਸੀ ਕੌਣ ਹਾਰਿਆ, ਪਲੇਡ ਬਿਟਵੀਨ ਵਿੱਚ ਆਫ 2 teams, ਹੈ ਨਾ। ਪੰਜਾਬ ਤਾਂ ਪੱਕਾ ਪਤਾ ਨਹੀਂ ਸੀ, ਹੋਰ ਤਰੀਕਾ ਹੈ ਨਾ, ਬੰਗਲੌਰ ਵੀ ਨਹੀਂ ਸੁਣ ਰਹੇ, ਰੋਇਲ ਚੈਲੰਜ ਨਹੀਂ ਸੁਣ ਰਹੇ, ਅੱਛਾ ਕੋਲਕਾਤਾ ਥੋੜ੍ਹਾ ਸੁਣ ਰਹੇ ਹਾਂ, ਔਰ ਰਾਜਸਥਾਨ, ਚੇਨਈ ਨੇ ਜਿੱਤਿਆ ਸੀ ਇਸ ਵਾਰ, ਔਰ ਗੁਜਰਾਤ ਨੂੰ ਹਰਾਇਆ ਸੀ। ਸੋ ਡੀ ਇਜ਼ ਰਾਈਟ ਆਨਸਰ। ਆਪਾਂ ਇਹ ਕੁਐਸਚਨ ਕਿਸ ਤਰ੍ਹਾਂ ਕੀਤਾ ਸੀ ਕਿ ਕੌਣ ਜਿੱਤਿਆ ਹੈ, ਇਹ ਵਾਰ ਵਾਰ ਕਰਵਾਇਆ ਗਿਆ ਸੀ। ਸੋ ਚੇਨਈ ਸੁਪਰ ਕਿੰਗ ਹੋਰ ਕਿਤੇ ਆ ਹੀ ਨਹੀਂ ਰਿਹਾ, ਧਿਆਨ ਨਾਲ ਦੇਖਣਾ, ਚੇਨਈ ਸੁਪਰ ਕਿੰਗ ਕਿਤੇ ਵੀ ਨਹੀਂ ਆ ਰਿਹਾ। ਸੋ ਰਾਈਟ ਆਨਸਰ ਇਸ ਲਈ ਡੀ ਹੀ ਬਣਦਾ ਹੈ। ਜੇ ਗੈਸ ਲਾਉਂਦੇ ਹਾਂ, ਨਾਲ ਕਰ ਰਹੇ ਹਾਂ ਕਿ ਜੇ ਉਹ ਗੁੱਡਸ GST ਕਦੋਂ ਲਾਗੂ ਹੋਇਆ, ਹੈ ਨਾ, 2017 ਵਿੱਚ। ਨੈਕਸਟ ਹੈ, ਯੈਸ, ਵਟ ਡਜ਼ BCC ਸਟੈਂਡ ਫੋਰ? ਈਮੇਲ ਬਲਾਈਂਡ ਕਾਰਬਨ ਕਾਪੀ, ਇਹ ਹੈ, ਤੁਸੀਂ ਮੇਲ ਕਰਦੇ ਹੋ, ਇਸ ਨੂੰ ਯੂਜ਼ ਵੀ ਕਰ ਸਕਦੇ ਹੋ, ਹਾਂ। ਨੈਕਸਟ ਹੈ 7th,
ਜ਼ਿਆਦਾ ਡਿਸਕਸ਼ਨ ਵਾਲੀ ਲੋੜ ਨਹੀਂ ਹੈ ਕਿਉਂਕਿ ਓਬਜੈਕਟਿਵਿਟੀ ਹੈ। ਗ੍ਰੀਨ ਰੈਵੋਲਿਊਸ਼ਨ ਇਹ ਕੀਤਾ ਸੀ ਅਸੀਂ, ਲੇਕਿਨ ਇਹ ਨਹੀਂ ਸੀ ਕੀਤਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਹੈ। ਸੋ ਮੇਰੇ ਖਿਆਲ 'ਚ ਮੋਸਟ ਕਾਮਨ ਸੈਂਸ ਸੀਗੀ। ਹਾਂ 1960 ਵਿੱਚ ਸੀ ਅਤੇ ਇਹ ਇਹਦੇ ਵਿੱਚ ਕੀ ਸ਼ਾਮਿਲ ਸੀ, 5 ਆਪਾਂ ਰੈਵੋਲਿਊਸ਼ਨ ਕੀਤੀ ਸੀ ਨਾ, ਸੋ ਪੰਜਾਬ ਇਹਦਾ ਈਜ਼ੀ ਆਨਸਰ ਸੀ ਮੇਰੇ ਖਿਆਲ 'ਚ। ਤੁੱਕਾ ਵੀ ਇਹੀ ਲੱਗਣਾ ਚਾਹੀਦਾ ਸੀ ਜੇ ਤੁੱਕਾ ਲਗਾਉਣਾ ਸੀ। ਯੂਟਿਊਬ, ਗੂਗਲ ਪਿਛਲੀ ਵਾਰ ਆਇਆ ਸੀ, ਐਤਕੀ ਯੂਟਿਊਬ ਆਇਆ, ਇਹ ਆਪਾਂ ਨਹੀਂ ਸੀ ਕੀਤਾ। 2005 ਵਿੱਚ ਕੀਤਾ ਗਿਆ, ਇਸ ਦੀ ਡਿਟੇਲ ਹੈ, ਹੁਣ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ। ਹੂ ਇਜ਼ ਦੀ ਕਰੰਟ ਗਵਰਨਰ ਆਫ ਪੰਜਾਬ, ਮੇਰੇ ਖਿਆਲ 3-4-5 ਵਾਰ ਕੀਤਾ ਸੀ, 5-7-8-10 ਵਾਰ ਕੀਤਾ ਸੀ, ਹੈ ਨਾ, ਗਵਰਨਰ ਆਫ ਪੰਜਾਬ। ਜਦੋਂ ਇਹ ਦੱਸਿਆ ਸੀ ਕਿ ਅਗਰ ਪੁੱਛਿਆ ਜਾਵੇ ਵਾਈਸ ਚਾਂਸਲਰ ਆਫ ਗੁਰੂ ਨਾਨਕ ਦੇਵ ਯੂਨੀਵਰਸਿਟੀ, ਚਾਂਸਲਰ ਆਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਚਾਂਸਲਰ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਫਿਰ ਪੁਰੋਹਿਤ ਸਾਹਿਬ ਨੂੰ ਹੀ ਪ੍ਰੈਫਰ ਕਰਨਾ ਹੈ। ਔਰ BJP ਜਿੱਥੇ ਉਹਦੀ ਸਰਕਾਰ ਨਹੀਂ ਹੈ BJP ਦੀ, ਉੱਥੇ ਮੋਸਟਲੀ ਗਵਰਨਰ ਜਿਹੜਾ ਉਹ ਅਪੁਆਇੰਟ BJP ਦਾ ਕੀਤਾ ਗਿਆ ਹੈ। ਨੁਕਤਾ ਦੱਸਿਆ ਸੀ ਯਾਦ ਕਰਨ ਲਈ। ਸਵਯੰ ਪ੍ਰਭਾ 34 ਚੈਨਲ, ਇੰਨੀ ਵਾਰ ਗੱਲ ਹੋਈ ਸੀ, 34 DHT ਡਾਇਰੈਕਟ ਟੂ ਹੋਮ, ਹੈ ਨਾ, ਚੈਨਲ, 1 ਚੈਨਲ 1 ਕਲਾਸ, 1 ਤੋਂ ਲੈ ਕੇ 12ਵੀਂ ਤੱਕ ਜਿਹੜੇ ਹੈ ਉਹ ਕਲਾਸਿਸ ਸਕੂਲ ਦੀਆਂ ਨੂੰ ਦਿੱਤੇ ਗਏ ਨਾ। ਅਕੋਰਡਿੰਗ ਟੂ NEP ਵਿੱਚ ਸਟੇਜ ਇਨਕਲੂਡ 3 ਈਅਰ, ਇਹ ਸਟਰਕਚਰ ਆਫ NEP 2020  'ਚ ਕੀਤਾ ਹੈ, ਵੀਡੀਓ ਪੂਰੀ ਹੈ। 3 ਈਅਰ ਆਫ ਆਂਗਨਵਾੜੀ, ਪ੍ਰੀ ਸਕੂਲਿੰਗ, ਬਾਲ ਵਾਟਿਕਾ, ਕਲਾਸ 1 ਐਂਡ 2। ਸੋ ਇਹ ਕਿਹਾ ਸੀ ਸ਼ੁਰੂਆਤ ਫਾਊਂਡੇਸ਼ਨ ਤੋਂ ਹੁੰਦੀ ਹੈ, ਇਸ ਤਰ੍ਹਾਂ ਇਸਨੂੰ ਯਾਦ ਕੀਤਾ ਸੀ ਅਸੀਂ। ਰਾਈਟ ਆਂਸਰ C ਹੈ। ਵਿੱਚ ਇਜ਼ ਦੀ ਹਾਈਐਸਟ ਐਂਡ ਮੋਸਟ ਅਬੰਡੈਂਟ ਕੈਮੀਕਲ ਐਲੀਮੈਂਟ ਇਨ ਯੂਨੀਵਰਸ, ਅਸੀਂ ਸ਼ਾਇਦ ਅਰਥ ਕਰਕੇ ਕੀਤਾ ਸੀ, ਨਾਈਟ੍ਰੋਜਨ ਦੀ ਗੱਲ ਹੋਈ ਸੀ। ਨੈਕਸਟ ਹੈ 13ਵਾਂ ਕੁਸ਼ਚਨ, ਵਿੱਚ ਪਲੈਨਟ ਇਜ਼ ਨੋਨ ਐਜ ਮੋਰਨਿੰਗ ਵੀਨਸ, ਹੈ ਨਾ, ਮੋਰਨਿੰਗ ਸਟਾਰ, ਇਹ ਨਹੀਂ ਗੱਲ ਕੀਤੀ, ਇਹ ਮੈਂ ਨਹੀਂ ਪੜ੍ਹਾਇਆ ਸੀ, ਈਵਨਿੰਗ ਸਟਾਰ, ਹੈ ਨਾ, ਇਹ ਮੈਂ ਵੀ ਹੁਣੇ ਲਰਨ ਕੀਤਾ ਹੈ। ਇਸ 'ਤੇ ਵੀਡੀਓ ਸੀਗਾ, ਮੈਟਰ ਬਣਾ ਰਿਹਾ ਸੀ ਲੇਕਿਨ ਟਾਈਮ ਹੋ ਜਾਂਦਾ ਸੀ ਨਾ। ਵਿੱਚ ਇੰਸਟਰੂਮੈਂਟ ਇਜ਼ ਯੂਜ਼ ਟੂ, ਇਹ ਕੀਤਾ ਹੋਇਆ ਸੀ, ਐਟਮੋਸਫੀਰਿਕ ਪ੍ਰੈਸ਼ਰ, ਇਹ ਕੀਤਾ ਐਗਜੈਕਟ, ਬੈਰੋਮੀਟਰ, ਹੈ ਨਾ, ਇਸ ਦੀ ਇਮੇਜ ਵੀ ਦਿਖਾਈ ਸੀ ਕਿਸ ਤਰ੍ਹਾਂ ਕਰਦਾ ਹੈ। ਨੈਕਸਟ ਹੈ, ਵਟ ਇਜ਼ ਦੀ ਪ੍ਰੋਸੈਸ ਆਫ ਗੈਸ ਚੇਂਜਿੰਗ ਇਨ ਟੂ ਲੀਕੁਇਡ, ਇਹ ਤਾਂ ਯਾਦ ਹੈ, ਇਮੇਜ ਦਿਖਾ ਕੇ ਇਹ ਸਮੁੰਦਰ 'ਚੋਂ ਪਾਣੀ, ਹੈ ਨਾ, ਤਰੁਬਾ ਸੀ, ਇਹ ਉੱਪਰ ਜਾਂਦਾ ਹੈ, ਇਵੈਪੋਰੇਸ਼ਨ ਹੈ, ਫਿਰ ਉਹ ਜਿਹੜਾ ਭਾਫ਼ ਬਣੀ ਹੋਈ ਹੈ ਉਹ ਗੈਸ, ਹੈ ਨਾ, ਉਹ ਜਿਹੜੀ ਹੈ ਫਿਰ ਪਾਣੀ ਵਿੱਚ ਤਬਦੀਲ ਹੋ ਜਾਂਦੀ ਹੈ ਲੀਕੁਇਡ ਵਿੱਚ, ਹੈ ਨਾ, ਇਹ ਪਾਣੀ ਬਣ ਗਿਆ ਔਰ ਪਾਣੀ ਫਿਰ ਜਿਹੜਾ ਹੈ ਇਹ ਬਦਲ ਜਾਂਦਾ ਹੈ, ਇਹ ਥੱਲੇ ਡਿੱਗ ਜਾਂਦਾ ਹੈ, ਇਹ ਹੋਰ ਪ੍ਰੋਸੈਸ ਸੀ, ਇਹ ਕੰਡੈਂਸੀਨੇਸ਼ਨ ਐਸੇ ਕਰਕੇ ਸੀਗੀ, ਕੋਈ ਕੰਡੈਂਸੈਂਸ਼ਨ, ਹੈ ਨਾ, ਰਾਈਟ ਆਂਸਰ ਇਹੀ ਕੀਤਾ ਸੀ। ਮੈਨੂੰ ਉਹੀ ਇਮੇਜ ਉੱਧਰ ਡਰਾ ਕੀਤਾ ਯਾਦ ਆ ਗਿਆ, ਤਾਂ ਮੈਨੂੰ ਇਹ ਜਿਹੜਾ ਵੈਰੀਫਾਈ ਕਰਨ ਵਾਲਾ ਸੀ ਉਹ ਮੈਂ ਕੀਤਾ ਵੀ ਹੈ, ਮੇਰੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਹੂ ਇਜ਼ ਦੀ ਕਰੰਟ ਪ੍ਰੈਜ਼ੀਡੈਂਟ ਆਫ ਇੰਡੀਆ, ਹੈ ਨਾ, ਤੋ ਦ੍ਰੌਪਦੀ ਨਾਲ ਜੋੜ ਕੇ ਇੱਦਾਂ ਕੁਛ ਯਾਦ ਕੀਤਾ ਸੀ, ਮੁਰਮੁਰ, ਹੈ ਨਾ, ਇਹ ਵੀ ਰਾਈਟ ਆਂਸਰ ਹੈ। ਵੈਸੇ ਵੀ ਤੁਸੀਂ ਦੇਖੋ ਨਰਿੰਦਰ ਮੋਦੀ ਕਿਸ ਨੂੰ, ਪਤਾ ਨਹੀਂ ਕਿੱਥੋਂ ਇਹ ਨਹੀਂ ਨੇ ਹੁਣ ਪ੍ਰੈਜ਼ੈਂਟ, ਰਾਹੁਲ ਗਾਂਧੀ ਤਾਂ ਸਿੱਧਾ ਨੇੜੇ ਜਾ ਰਿਹਾ ਹੈ ਕਿ ਇਹਦੇ ਵਿੱਚ ਤੁੱਕਾ ਲੱਗ ਸਕਦਾ ਹੈ। ਆਪਸ਼ਨ ਬਹੁਤ ਜ਼ਿਆਦਾ ਵੀਕ ਨੇ, ਹੈਂ, ਐਲੀਮੀਨੇਸ਼ਨ ਮੈਥਡ ਨਾਲ ਕੀਤਾ ਜਾ ਸਕਦਾ ਹੈ। ਵਿੱਚ ਪ੍ਰੋਵੀਜ਼ਨ ਆਫ ਇੰਡੀਅਨ ਕੋਨਸਟੀਟਿਊਸ਼ਨ ਗਰੰਟਿਡ ਇਕੁਅਲ ਅਸੈਸ ਟੂ ਐਜੂਕੇਸ਼ਨਲ ਇੰਸਟੀਟਿਊਸ਼ਨ, ਇਹ ਪੜ੍ਹਨਾ ਸੀ, ਇੰਸਟੀਟਿਊਸ਼ਨ ਵੀ ਹੈ, ਨਹੀਂ ਤਾਂ ਆਰਟੀਕਲ 14 ਆਉਣਾ ਸੀ ਨਾ ਬੱਚਿਆਂ ਲਈ ਤਾਂ। ਰਿਗਾਰਡਲੈਸ ਆਫ ਰਿਲੀਜਨ ਕਾਜ਼, ਇੰਸਟੀਟਿਊਸ਼ਨ ਹੈ, ਆਰਟੀਕਲ 29(1) ਹੈ, 29(1) ਕੇ 29A ਇਸ ਤਰ੍ਹਾਂ ਹੈ।
नेक्स्ट है हु डिफाइंड एजुकेशन एज हेल्पिंग एंड ग्रोइंग सोल ड्राउट दैट इज इन इटसेल्फ ऐसी नहीं सी कीता लेकिन अरबिंदो आश्रम देखिया है तुसी चेन्नई विच मैं देखिया नहीं कोल जाके आया है ना एम एस सी साइकोलॉजी जो करन गया क्लासा लगा हु इज नोन एज शेरे पंजाब ये तो मैनू भी नहीं दसना चाहिए मेरे ख्याल सबनों पता होएगा आंसर कि नहीं महाराजा रणजीत सिंह डी आंसर नेक्सट है बीमा क्वेश्चन वट इज़ द कैपिटल ऑफ आंध्र प्रदेश मैनू याद आया कि थोड़ियाँ कैपिटल मिलियाँ जड़ियाँ उदो पर थक गया से तो मैं क्या चलो कुछ पढ़ा देना आंध्र प्रदेश आया सी यार आंध्रा है मिजोरम भी सी ना आंध्रा तो मैं क्या चलो ए दा ए नाल मिलिया अमरावती अमरावती मैनू नाम उदो दा याद है ना मिजोरम दा जैड मिलाया सी कि जैड वाली होएगी जैड जेडे शब्द च है सो स्ट्रैटेजी ना ये कंटिन्यू करते रहो अगली तुहाडा मेंटल जिहड़ा है मैमरी बोझ है वह घट लगेगा विच डिस्ट्रिक्ट वाज रीसेंटली एडेड इन मलेरकोटला की गल किन्नी बार की गई कि नवी मलेरकोटला पंजाब दे जिहड़ा है वह है पंजाब बेसिक विच भी जिहड़ी जी के जिहड़े 80 क्वेश्चन सी उहदे विच भी इहदी गल होई सी सो मलेरकोटला राइट आंसर है ना मलेरकोटला राइट आंसर है डी आंसर नेक्स्ट है पंजाबी लैंग्वेज बिलोंग्स टू देखो आर्यन लोग यहाँ पर आए इतों गैस लगा लेंगे है ना द्रविड़ियन ये तो नहीं बनती नहीं बनती द्रविड़ियन थोड़ी सोच सकते ही लेकिन इंडो इंडो ते आर्यन ये तो शब्द सीधा मिलता सी तुक्का लगाया जा सकता सीगा ये औखा इन्ना नहीं किया जा सकता सी बैटल ऑफ अमृतसर मैनू खुद भी नहीं सी पता मैं नैट तो चैक करके बैटल ऑफ गोहालवार सी राइट आंसर है और नन ऑफ दीज हाँ मैं क्या सी कि नन ऑफ दीज जिहड़ा है वो मोस्टली रोंग आंसर ही हुंदा है सही ऑप्शन बहुत घट हुंदा है नहीं हुंदा जा है ना वट इज़ द नेम ऑफ स्टेट बर्ड है ना ये तो पता है सानू बाज मेरे ख्याल इस वीडियो की लोड़ ही नहीं है ये तो नॉलेज तुहानू मेरे तो ही वध होएगी मेरे को की नॉलेज है वैसे इन विच डिस्ट्रिक्ट इज हिस्टोरिक गोबिंदगढ़ फोर्ट इज सिचुएटड है ना मैं सोच रहा सी लुधियाना शायद गोबिंदगढ़ तुक्का लगा रहा सी मेरे गलत हो गया जो मैं नैट तो चैक किया तो अमृतसर निकलिया नैक्सट है हु वन द गोल्ड मैडल इन मैन जेविलियन थ्रो ईवेंट एट टोकियो 21 ये कोई नहीं सी किया डॉक्टर हरजिंदर ने भी दसिया एकदम नीरज चोपड़ा सो मैं इतने टिक लगाता सी इज राइट ऑप्शन मेरे ख्याल ये एक्सपैक्टड की नहीं है तो फाइनल तुम देख भी चुके हो मैं ही काफ़ी लेट हाँ हु बिकम द फस्ट इंडियन वूमेन क्रिकेटर टू स्कोर 10,000 रन अक्रॉस ऑल फॉरमैट्स मैं हाँ आप हरमनप्रीत कौर जी की गल की सी लेकिन इतने मिथिहाली राज राइट आंसर है उन्हों की कंट्रीब्यूशन हो रहा कि कैप्टन रहे ने नैक्सट है हु इज़ द ऑथर ऑफ फेमस लिटरेरी वर्क हाय रब्बा ये वीडियो कल अपडाउन अपलोड नहीं की ये साहित्य अकैडमी पुरस्कार जोड़े मिले सी लेटेस्ट जोड़े से ये शामिल सी है ना सो सुखजीत जी राइट आंसर बी नैक्सट है क्वेश्चन 29वां इंडियन करंसी नोट बियर द सिग्नेचर ऑफ गवर्नर द रिजर्व बैंक ऑफ इंडिया हु इज़ द करंट गवर्नर ऑफ RBI कौन ने नहीं ए नहीं 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 शक्तिकांता दास ए राइट आंसर है इतने नैक्सट है मेरे ख्याल ये तो तुम अपनी नॉलेज के बेस पर कर रहे होने अच्छा नैशनल स्पोर्ट्स डे ये गल हुई है
ਧਿਆਨ ਚੰਦ ਜੀ ਹੈ ਨਾ, ਕਿਸ ਤਰ੍ਹਾਂ ਗੋਲ ਕਰ ਦਿੰਦੇ ਸੀ, ਕਿਸ ਤਰ੍ਹਾਂ ਕਿੱਥੋਂ ਕਿੱਥੋਂ ਮਤਲਬ ਇਹ ਗੱਲਾਂ ਹੋਈਆਂ ਹਨ। ਸੋ ਧਿਆਨ ਚੰਦ ਜੀ, ਇਹ ਸੀ ਟੀਚਿੰਗ ਪੋਟੈਂਸ਼ੀਅਲ। ਬਾਕੀ ਦੀ ਕੀਜ਼ ਜੇ ਤੁਸੀਂ ਇੰਟਰਸਟਡ ਹੋ ਉਹਨਾਂ ਦੀ ਪਾ ਦਿੰਦਾ ਹਾਂ, ਕੋਈ ਸੁਜੈਸਟ ਕਰ ਦੇ। ਅਦਰਵਾਈਜ਼ ਆਈ ਐਮ ਸੱਚੀ ਬਹੁਤ ਬਿਜ਼ੀ ਹਾਂ, ਰਾਤਾਂ ਨੂੰ ਤੁਹਾਡੀਆਂ ਇਹ ਵੀਡੀਓ ਬਣਾਈਆਂ ਸੀਗੀਆਂ, ਮੇਰਾ ਚਾਅ ਸੀ ਤੁਹਾਡੇ ਨਾਲ ਜੁੜਿਆ ਹੋਇਆ ਥੋੜ੍ਹਾ ਜਿਹਾ। ਸੋ ਜੇ ਤੁਸੀਂ ਚਾਹੋਗੇ ਆਪਾਂ ਕੰਟੀਨਿਊ ਵੀ ਕਰ ਸਕਦੇ ਹਾਂ। ਪੀ ਐੱਸ ਟੈਟ ਐਡਮਿਸ਼ਨ ਲੈਂਦੇ ਸਾਰ ਹੀ ਗੌਰਮੈਂਟ ਜੋਬ ਲਈ ਐਲੀਜੀਬਲ ਕਿਸ ਤਰ੍ਹਾਂ ਬਣਨਾ ਹੈ ਇਹ ਚੀਜ਼ਾਂ, ਔਰ ਜਿਹੜੇ ਕਮਰਸ ਵਾਲੇ ਨੇ, ਬੀ ਟੈਕ ਵਾਲੇ ਨੇ, ਔਡ ਕੰਬੀਨੇਸ਼ਨ ਵਾਲੇ ਨੇ, ਉਹਨਾਂ ਨੇ ਐਲੀਜੀਬਲ ਕੀ ਬਣਨਾ, ਉਹਨਾਂ ਦਾ ਸਕੋਪ ਕੀ ਹੈ, ਉਹ ਕੰਪੀਟ ਕਿੱਦਾਂ ਕਰ ਸਕਦੇ, ਜੋ ਗੌਰਮੈਂਟ ਜੋਬ ਵੱਲ ਕਿਸ ਤਰ੍ਹਾਂ ਜਾ ਸਕਦੇ ਨੇ, ਕਿਸ ਤਰ੍ਹਾਂ ਐਡੀਸ਼ਨਲ ਪੇਪਰ ਦੇਣਾ ਹੈ, ਇਹ ਵਾਲਿਆਂ ਜਿਹੜੀਆਂ ਪ੍ਰੋਬਲਮ ਹੈ ਸੋਲਵ ਕਰਨ ਵਿੱਚ ਥੋੜ੍ਹੀ ਹੈਲਪ ਕਰ ਸਕਦਾ ਹਾਂ ਮੈਂ। ਦੂਸਰਾ ਹੈ ਪੀ ਐੱਸ ਟੈਟ ਜਾਂ ਸੀ ਟੈਟ ਦੀ ਤਿਆਰੀ ਕਰਨੀ ਹੈ, ਯੂ ਜੀ ਸੀ ਨੈੱਟ ਦੀ ਤਿਆਰੀ ਕਰਨੀ ਹੈ, ਪਰ ਮੈਂ ਥੋੜ੍ਹਾ ਡੀਪ ਜਾਣਾ ਹਾਂ, ਤੁਸੀਂ ਏਰੀਆ ਸੁਜੈਸਟ ਕਰੋ ਜਾਂ ਮੈਨੂੰ ਦੱਸਣਾ, ਆਪਾਂ ਨਾਲ ਨਾਲ ਤਿਆਰੀ ਕਰਾਂਗੇ। ਕਿਉਂਕਿ ਬੀ ਐੱਡ ਐਡਮਿਸ਼ਨ ਦੇ ਇੱਕ ਦਿਨ ਬਾਅਦ ਤੋਂ ਹੀ ਤੁਸੀਂ ਟੀ ਈ ਟੀ ਦੇ ਸਕਦੇ, ਜਿਹੜਾ ਵੀ ਆਵੇ, ਭਾਵੇਂ ਸੈਂਟਰ ਦਾ ਭਾਵੇਂ ਸਟੇਟ ਦਾ। ਥੈਂਕ ਯੂ ਡਾਕਟਰ ਤੀਰਥ ਸਿੰਘ।